ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ ਜੀ। ਸਭ ਭੈਣਾਂ ਭਾਈਆਂ ਨੂੰ ਸੋਚ ਰਹੇ ਹੋਵੋਗੇ ਕਿ ਇਹਨਾਂ ਬੂਟਿਆਂ 'ਚੋਂ ਕੀ ਲੱਭਣ ਡੇ। ਇਹਨਾਂ ਬੂਟਿਆਂ 'ਚੋਂ ਇੱਕ ਬੂਟਾ ਲੱਭਣ ਡੇ ਸੀ ਜਿਹੜਾ ਇਹਨਾਂ ਨੂੰ ਲੱਭ ਗਿਆ। ਅਤੇ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਰੱਬ ਕਰੇ ਇਸੇ ਤਰ੍ਹਾਂ ਹੀ ਹੱਸਦੇ ਖੇਡਦੇ ਰਹੋ, ਅਸੀਂ ਇੱਕ ਦੂਸਰੇ ਨੂੰ ਮਿਲਦੇ ਰਹੀਏ। ਜਿੰਨੇ ਵੀ ਦੁਨੀਆਂ ਦੇ ਉੱਤੇ ਸਾਹ ਲੈ ਰਹੇ ਨੇ, ਜਿੰਨੇ ਵੀ ਜ਼ਿੰਦਾ ਨੇ, ਜਿੰਨੇ ਦੁਨੀਆਂ ਤੋਂ ਚਲੇ ਗਏ ਨੇ, ਰੱਬ ਉਹਨਾਂ ਨੂੰ ਜੰਨਤ ਨਸੀਬ ਕਰੇ, ਔਰ ਜਿੰਨੇ ਜ਼ਿੰਦਾ ਨੇ, ਰੱਬ ਉਹਨਾਂ ਦੀ ਜ਼ਿੰਦਗੀ ਕਰੇ, ਤੰਦਰੁਸਤੀ ਦੇ, ਕਿਸੇ ਤੰਗੀ ਤਕਲੀਫ ਤੋਂ ਦੂਰ ਰੱਖੇ। ਨਵੇਂ ਸਾਲ ਦੀਆਂ ਨਵੀਆਂ ਖੁਸ਼ੀਆਂ ਲੈ ਕੇ ਤੁਹਾਡੇ ਕੋਲ ਬੂਟਾ ਹਾਜ਼ਰ ਹੋਇਆ, ਅਤੇ ਮੈਂ ਮੁਬਾਰਕ ਦੇਣਾ ਚਾਹ ਰਿਹਾ ਉਹਨਾਂ ਦੋਸਤਾਂ ਨੂੰ ਜਿਹੜੇ ਦੋਸਤ ਸਾਡੇ ਨਾਲ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਅੱਜ UK ਦੇ ਵਿੱਚ ਨਵਾਂ ਸਾਲ ਅਸੀਂ ਮਨਾ ਕੇ, ਅਤੇ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਚੱਲ ਮੇਰਾ ਪੁੱਤ Part 2 ਆ ਰਹੀ ਹੈ, ਉਹਦੇ ਵਿੱਚ ਕਿਵੇਂ ਇੱਕ ਦੂਜੇ ਨਾਲ ਪਿਆਰ, ਮੁਹੱਬਤ, ਕਿਵੇਂ ਖੁਸ਼ੀਆਂ ਵੰਡੀਆਂ ਨੇ ਅਸੀਂ ਇਹਨਾਂ ਸਾਲਾਂ ਦੇ ਵਿੱਚ, ਇਹ ਤੁਸੀਂ ਦੇਖ ਕੇ ਦੱਸਣਾ ਸਾਨੂੰ। ਬੜੀ ਮਿਹਰਬਾਨੀ, ਬੜਾ ਹੀ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ, ਸਾਡੇ ਲਈ ਦੁਆਵਾਂ ਕਰਨਾ, ਦੁਆਵਾਂ 'ਚ ਯਾਦ ਰੱਖਣਾ। ਜ਼ਿੰਦਗੀ ਰਹੀ ਤਾਂ ਮਿਲਦੇ ਰਹਾਂਗੇ, ਇੰਝ ਹੀ ਹੱਸਦੇ ਖੇਡਦੇ ਮਿਲਦੇ ਰਹਾਂਗੇ। ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ, ਵਧਾਈਆਂ, ਥੈਂਕ ਯੂ।